ਹੈਲੋ ਦੋਸਤੋ, ਅੱਜ ਮੈਂ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਊਂਗਾ ਜਿਹਦਾ ਨਾਂ ਹੈ ਜਾਦੂਈ ਕਿਤਾਬ। ਕਿਸੇ ਸ਼ਹਿਰ ਵਿੱਚ ਵਿਨੇ ਨਾਂ ਦਾ ਇੱਕ ਹੀਰਿਆਂ ਦਾ ਵਪਾਰੀ ਰਹਿੰਦਾ ਸੀ। ਵਿਨੇ ਜਿੰਨਾ ਅਮੀਰ ਸੀ ਓਨਾ ਹੀ ਕੰਜੂਸ ਸੀ। ਇੱਕ ਦਿਨ ਵਿਨੇ ਕਾਰੋਬਾਰ ਦੇ ਕੰਮ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਗਿਆ। ਮੈਂ ਐਵੇਂ ਕਰਦਾ, ਜਲਦੀ ਆਪਣਾ ਕੰਮ ਖਤਮ ਕਰ ਲੈਂਦਾ, ਫਿਰ ਥੋੜ੍ਹੇ ਦਿਨ ਆਪਣੇ ਦੋਸਤ ਰੋਹਿਤ ਦੇ ਘਰ ਮਜ਼ੇ ਨਾਲ ਰਹੂੰਗਾ। ਇਸ ਨਾਲ ਮੇਰਾ ਜ਼ਿਆਦਾ ਖਰਚਾ ਵੀ ਨਹੀਂ ਹੋਊਗਾ ਅਤੇ ਦੂਜੇ ਸ਼ਹਿਰ ਦਾ ਨਜ਼ਾਰਾ ਵੀ ਲੈ ਲੂੰ। ਇਹ ਸੋਚਦਿਆਂ ਹੋਇਆ ਵਿਨੇ ਸ਼ਹਿਰ ਪਹੁੰਚ ਕੇ ਆਪਣੇ ਕੰਮ ਵਿੱਚ ਲੱਗ ਜਾਂਦਾ ਅਤੇ ਕੰਮ ਪੂਰਾ ਹੁੰਦਿਆਂ ਹੀ ਰੋਹਿਤ ਦੇ ਘਰ ਪਹੁੰਚ ਜਾਂਦਾ। ਹਾਂ ਯਾਰ, ਤੂੰ ਅਚਾਨਕ ਇੱਥੇ ਕਿਵੇਂ? ਮੈਂ ਤਾਂ ਕਾਰੋਬਾਰ ਦੇ ਕੰਮ ਨਾਲ ਆਇਆ ਸੀ ਤਾਂ ਸੋਚਿਆ ਤੈਨੂੰ ਵੀ ਮਿਲਦਾ ਜਾਵਾਂ। ਹੋਰ ਸੁਣਾ ਦੋਸਤ, ਕੀ ਚੱਲ ਰਿਹਾ ਅੱਜ ਕੱਲ੍ਹ? ਬਸ ਕੰਮ ਕੰਮ ਅਤੇ ਕੰਮ। ਤੂੰ ਦੱਸ ਕਿਵੇਂ ਆ, ਕੁਝ ਦਿਨ ਤਾਂ ਰੁਕੇਗਾ ਨਾ? ਹਾਂ ਦੋਸਤ, ਸੋਚ ਰਿਹਾ ਕਿ 3-4 ਦਿਨ ਰੁਕ ਕੇ ਜਾਵਾਂ ਹੁਣ। ਆਪਣੇ ਦੋਸਤ ਦੀ ਗੱਲ ਸੁਣ ਕੇ ਰੋਹਿਤ ਬੜਾ ਖੁਸ਼ ਹੁੰਦਾ। ਐਵੇਂ ਹੀ ਹੱਸ ਖੇਡ ਕੇ 4 ਦਿਨ ਲੰਘ ਜਾਂਦੇ ਨੇ। 4 ਦਿਨ ਬਾਅਦ ਵੀ ਜਦੋਂ ਵਿਨੇ ਆਪਣੇ ਘਰ ਵਾਪਸ ਜਾਣ ਦਾ ਨਾਂ ਨਹੀਂ ਲੈਂਦਾ ਤਾਂ ਰੋਹਿਤ ਸੋਚਦਾ ਹੈ, ਇਹ ਤਾਂ ਮੇਰੇ ਘਰ ਵਿੱਚ ਹੀ ਵਸ ਕੇ ਰਹਿ ਗਿਆ, ਜਾਣ ਦਾ ਨਾਂ ਹੀ ਨਹੀਂ ਲੈ ਰਿਹਾ। ਉੱਤੋਂ ਇੰਨਾ ਜ਼ਿਆਦਾ ਖਾਂਦਾ ਹੈ ਕਿ 4 ਦਿਨਾਂ ਦੇ ਵਿੱਚ ਮੇਰੇ ਘਰ ਦਾ ਅੱਧਾ ਰਾਸ਼ਨ ਨਿਬੇੜ ਕੇ ਰੱਖਤਾ। ਮੈਨੂੰ ਕਿਸੇ ਵੀ ਤਰ੍ਹਾਂ ਜਲਦੀ ਇਹਨੂੰ ਇੱਥੋਂ ਵਾਪਸ ਭੇਜਣਾ ਚਾਹੀਦਾ। ਯਾਰ ਮਾਫ਼ ਕਰੀਂ, ਪਰ ਮੈਨੂੰ ਇੱਕ ਬਹੁਤ ਜ਼ਰੂਰੀ ਕੰਮ ਵਾਸਤੇ ਅੱਜ ਹੀ ਸ਼ਹਿਰ ਤੋਂ ਬਾਹਰ ਜਾਣਾ ਪਵੇਗਾ। ਕੋਈ ਗੱਲ ਨਹੀਂ, ਤੂੰ ਬੇਫਿਕਰ ਹੋ ਕੇ ਜਾ, ਮੈਂ ਤੇਰੇ ਪਿੱਛੋਂ ਤੇਰੇ ਘਰ ਦਾ ਚੰਗੀ ਤਰ੍ਹਾਂ ਧਿਆਨ ਰੱਖੂੰਗਾ। ਵਿਨੇ ਦਾ ਜਵਾਬ ਸੁਣ ਕੇ ਰੋਹਿਤ ਹੈਰਾਨ ਰਹਿ ਜਾਂਦਾ। ਮੇਰੇ ਇੱਥੋਂ ਜਾਣ ਦੀ ਗੱਲ ਸੁਣ ਕੇ ਵੀ ਇਹ ਕੰਜੂਸ ਆਪਣੇ ਘਰ ਜਾਣ ਦਾ ਨਾਂ ਹੀ ਨਹੀਂ ਲੈ ਰਿਹਾ। ਉਵੇਂ ਤਾਂ ਚੰਗਾ ਹੀ ਹੈ, ਮੇਰੇ ਜਾਣ ਤੋਂ ਬਾਅਦ ਜੋ ਵੀ ਖਾਏਗਾ ਉਸ ਵਿੱਚ ਇਹਦੇ ਹੀ ਪੈਸੇ ਖਰਚ ਹੋਣਗੇ, ਅਤੇ ਘਰ ਵਾਪਸ ਆਉਣ ਤੋਂ ਪਹਿਲਾਂ ਆਪਣੇ ਗਵਾਂਢੀ ਨੂੰ ਇਹਦੇ ਇੱਥੇ ਹੋਣ ਦੀ ਜਾਂ ਨਾ ਹੋਣ ਦੀ ਖਬਰ ਪਹਿਲੇ ਹੀ ਪੁੱਛ ਲਊਂਗਾ, ਉਸ ਤੋਂ ਬਾਅਦ ਹੀ ਵਾਪਸ ਆਊਂਗਾ। ਇਸ ਤੋਂ ਬਾਅਦ ਰੋਹਿਤ ਘਰ ਤੋਂ ਚਲਾ ਜਾਂਦਾ। ਇੱਕ ਰਾਤ ਤਾਂ ਆਰਾਮ ਨਾਲ ਲੰਘ ਜਾਂਦੀ ਹੈ, ਪਰ ਦੂਜੇ ਦਿਨ ਅਕੇਲੇਪਣ ਦੀ ਵਜ੍ਹਾ ਨਾਲ ਵਿਨੇ ਬਹੁਤ ਬੋਰ ਹੋਣ ਲੱਗ ਜਾਂਦਾ। ਕੀ ਕਰਾਂ, ਬਹੁਤ ਬੋਰ ਹੋ ਰਿਹਾ, ਚਲੋ ਕਿਤਾਬ ਹੀ ਪੜ੍ਹ ਲੈਣਾ। ਇਸ ਤੋਂ ਬਾਅਦ ਵਿਨੇ ਕਿਤਾਬਾਂ ਦੀ ਅਲਮਾਰੀ ਵੱਲ ਜਾਂਦਾ ਅਤੇ ਉੱਥੋਂ ਭੂਤ ਰਾਕਸ਼ਸ ਦੀ ਇੱਕ ਕਿਤਾਬ ਚੱਕਦਾ ਅਤੇ ਉਸ ਦੀਆਂ ਸਾਰੀਆਂ ਕਹਾਣੀਆਂ ਪੜ੍ਹਨ ਲੱਗ ਜਾਂਦਾ। ਹੌਲੀ ਹੌਲੀ ਜਿਵੇਂ ਹੀ ਵਿਨੇ ਅੱਗੇ ਵੱਧਦਾ ਤਾਂ ਵਿਨੇ ਨੂੰ ਆਪਣੇ ਆਲੇ ਦੁਆਲੇ ਕੁਝ ਅਨਹੋਨੀ ਜਿਹੀਆਂ ਗੱਲਾਂ ਮਹਿਸੂਸ ਹੁੰਦੀਆਂ ਨੇ। ਉਹ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦਾ ਹੋਇਆ ਕਿਤਾਬ ਪੜ੍ਹਦਾ ਰਹਿੰਦਾ, ਪਰ ਕੁਝ ਦੇਰ ਬਾਅਦ ਉਸਦੇ ਸਬਰ ਦਾ ਬੰਨ ਟੁੱਟ ਜਾਂਦਾ ਅਤੇ ਜਿਵੇਂ ਹੀ ਉਹ ਪਿੱਛੇ ਮੁੜ ਕੇ ਦੇਖਦਾ ਤਾਂ ਡਰ ਦੇ ਮਾਰੇ ਉਹ ਚੀਕਾਂ ਮਾਰਨ ਲੱਗ ਜਾਂਦਾ। ਭੂਤ ਭੂਤ ਓਏ, ਕੋਈ ਮੈਨੂੰ ਭੂਤਾਂ ਤੋਂ ਬਚਾਓ! ਇਹ ਬੋਲ ਕੇ ਵਿਨੇ ਉੱਥੋਂ ਦੀ ਭੱਜਣ ਦੀ ਕੋਸ਼ਿਸ਼ ਕਰਦਾ, ਪਰ ਉਹ ਆਪਣੀ ਜਗ੍ਹਾ ਤੋਂ ਹਿੱਲ ਵੀ ਨਹੀਂ ਪਾਉਂਦਾ। ਜਿਸ ਤੋਂ ਬਾਅਦ ਉਹ ਕਿਤਾਬ ਬੰਦ ਕਰਨ ਦੀ ਕੋਸ਼ਿਸ਼ ਕਰਦਾ, ਪਰ ਕਿਤਾਬ ਵੀ ਬੰਦ ਨਹੀਂ ਹੁੰਦੀ। ਜਦੋਂ ਤੱਕ ਅਸੀਂ ਆਪਣੀ ਮਰਜ਼ੀ ਨਾਲ ਇਸ ਕਿਤਾਬ ਦੇ ਅੰਦਰ ਵਾਪਸ ਨਹੀਂ ਜਾਵਾਂਗੇ, ਉਦੋਂ ਤੱਕ ਇਹ ਕਿਤਾਬ ਬੰਦ ਨਹੀਂ ਹੋ ਸਕਦੀ। ਇਸ ਲਈ ਤੇਰੇ ਕੋਲ ਸਾਡੀ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਤਾਂ ਤੁਸੀਂ ਆਪਣੀ ਮਰਜ਼ੀ ਨਾਲ ਵਾਪਸ ਕਦੋਂ ਤੇ ਕਿਵੇਂ ਜਾਓਗੇ? ਬਹੁਤ ਸਮਾਂ ਬਾਅਦ ਬਾਹਰ ਨਿਕਲਣ ਦਾ ਮੌਕਾ ਮਿਲਿਆ ਹੈ, ਤਾਂ ਅਸੀਂ ਵਾਪਸ ਅੰਦਰ ਕਿਉਂ ਜਾਵਾਂਗੇ? ਹਾਂ, ਨਾ ਹੀ ਅਸੀਂ ਕਿਧਰੇ ਜਾਵਾਂਗੇ ਤੇ ਨਾ ਹੀ ਤੈਨੂੰ ਕਿਧਰੇ ਜਾਣ ਦੇਵਾਂਗੇ। ਇਸ ਲਈ ਜਲਦੀ ਜਾਓ ਤੇ ਸਾਡੇ ਲਈ ਕੁਝ ਖਾਣ ਨੂੰ ਲੈ ਕੇ ਆਓ। ਵਿਨੇ ਡਰਦਾ ਹੋਇਆ ਭੂਤ ਤੇ ਰਾਕਸ਼ਸ ਦਾ ਸਾਰਾ ਕੰਮ ਚੁੱਪ ਚਾਪ ਕਰਨ ਲੱਗ ਜਾਂਦਾ। ਕਿਤਾਬ ਨਿਰੰਤਰ ਪੜ੍ਹਦੇ ਰਹੋ, ਇਸ ਬਹਾਨੇ ਅਸੀਂ ਆਪਣੇ ਸਾਰੇ ਦੋਸਤਾਂ ਨੂੰ ਮਿਲ ਲਵਾਂਗੇ। ਜਦੋਂ ਦਾ ਇਸ ਕਿਤਾਬ ਦੇ ਅਲੱਗ ਅਲੱਗ ਪਹਿਰਿਆਂ ਦੇ ਵਿੱਚ ਕੈਦ ਹੋਇਆ ਹਾਂ, ਕਿਸੇ ਨੂੰ ਮਿਲ ਵੀ ਨਹੀਂ ਪਾਇਆ। ਵਿਨੇ ਫਿਰ ਤੋਂ ਕਿਤਾਬ ਪੜ੍ਹਨਾ ਸ਼ੁਰੂ ਕਰ ਦਿੰਦਾ ਅਤੇ ਜਿਵੇਂ ਜਿਵੇਂ ਪਹਿਰੇ ਅੱਗੇ ਵੱਧਦੇ ਹਨ ਉਵੇਂ ਉਵੇਂ ਉਹਦੇ ਆਲੇ ਦੁਆਲੇ ਰਾਕਸ਼ਸ ਤੇ ਭੂਤਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਮੈਂ ਵੀ ਕਿੱਥੇ ਫਸ ਗਿਆ, ਨਾ ਕਿਤਾਬ ਪੜ੍ਹਨਾ ਬੰਦ ਕਰ ਸਕਦਾ ਤੇ ਨਾ ਹੀ ਘਰ ਤੋਂ ਬਾਹਰ ਜਾ ਸਕਦਾ। ਹੇ ਪਰਮਾਤਮਾ, ਕੁਝ ਤਾਂ ਮੇਰੀ ਮਦਦ ਕਰੋ। ਇਸ ਤੋਂ ਬਾਅਦ
ਜਿਵੇਂ ਹੀ ਵਿਨੇ ਕਿਤਾਬ ਦੇ ਅਗਲੇ ਪੈਰੇ ਤੇ ਪਹੁੰਚਦਾ ਤਾਂ ਉਸਦੇ ਅੰਦਰੋਂ ਇੱਕ ਪਰੀ ਨਿਕਲ ਕੇ ਬਾਹਰ ਆਉਂਦੀ ਹੈ। ਪਰੀ ਨੂੰ ਉੱਥੇ ਦੇਖ ਕੇ ਭੂਤ ਅਤੇ ਰਾਕਸ਼ਸ ਹੈਰਾਨ ਹੋ ਜਾਂਦੇ ਨੇ, ਪਰ ਵਿਨੇ ਪਰੀ ਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦਾ। ਕਿਰਪਾ ਕਰਕੇ ਮੇਰੀ ਮਦਦ ਕਰੋ ਤੇ ਮੈਨੂੰ ਇਹਨਾਂ ਤੋਂ ਬਚਾ ਲਓ। ਇਹ ਕਿਸੇ ਨੂੰ ਨਹੀਂ ਬਚਾ ਪਾਊਗੀ ਕਿਉਂਕਿ ਇਹ ਖੁਦ ਇਸ ਕਿਤਾਬ ਦੇ ਵਿੱਚੋਂ ਨਿਕਲੀ ਹੈ। ਮੈਂ ਬੇਸ਼ੱਕ ਇਸ ਕਿਤਾਬ ਵਿੱਚੋਂ ਨਿਕਲੀ ਹਾਂ, ਪਰ ਇਹ ਨਾ ਭੁੱਲਣਾ ਕਿ ਮੈਂ ਤੁਹਾਡੇ ਸਾਰਿਆਂ ਤੇ ਨਿਗਰਾਨੀ ਰੱਖਣ ਲਈ ਕੈਦ ਹੋਈ ਸੀ। ਇੰਨੇ ਸਮੇਂ ਤੱਕ ਕਿਸੇ ਕਿਤਾਬ ਦੇ ਅੰਦਰ ਕੈਦ ਹੋਣ ਦੇ ਬਾਅਦ ਵੀ ਤੁਹਾਨੂੰ ਥੋੜੀ ਜਿਹੀ ਅਕਲ ਨਹੀਂ ਆਈ ਤੇ ਤੁਸੀਂ ਅੱਜ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ। ਇਸ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੂਗੀ। ਇਹ ਬੋਲਦੇ ਹੀ ਪਰੀ ਆਪਣੇ ਜਾਦੂ ਨਾਲ ਸਾਰੇ ਭੂਤਾਂ ਅਤੇ ਰਾਕਸ਼ਸਾਂ ਨੂੰ ਦੁਬਾਰਾ ਕਿਤਾਬ ਦੇ ਅੰਦਰ ਕੈਦ ਕਰ ਦਿੰਦੀ ਹੈ ਅਤੇ ਕਿਤਾਬ ਨੂੰ ਸਾੜ ਦਿੰਦੀ ਹੈ ਤੇ ਆਪ ਉੱਥੋਂ ਦੀ ਗਾਇਬ ਹੋ ਜਾਂਦੀ ਹੈ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਵਿਨੇ ਜਲਦ ਹੀ ਘਰ ਨੂੰ ਤਾਲਾ ਲਾ ਕੇ ਚਾਬੀਆਂ ਰੋਹਿਤ ਦੇ ਗਵਾਂਢੀ ਨੂੰ ਦੇ ਕੇ ਆਪਣੇ ਘਰ ਚਲਾ ਜਾਂਦਾ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।